ਕਸਬਾ ਅਜਨਾਲਾ ਅੰਦਰ ਚੋਰੀਆਂ ਰੁਕਮ ਦਾ ਨਾਂ ਨਹੀਂ ਲੈ ਰਹੀਆਂ ਹਨ। ਅਜਨਾਲਾ ਦੇ ਗੋਪਾਲ ਨਗਰ ਮੁਹੱਲੇ ਅੰਦਰ ਰਾਤ ਸਮੇਂ ਚੋਰਾਂ ਵੱਲੋਂ ਇੱਕ ਘਰ ਨੂੰ ਨਿਸ਼ਾਨਾ ਬਣਾਇਆ ਗਿਆ ਹੈ, ਜਿੱਥੇ ਉਹਨਾਂ ਘਰ ਦੇ ਅੰਦਰ ਦਰਵਾਜ਼ੇ ਦਾ ਲੌਕ ਤੋੜ ਕੇ ਘਰ ਵਿੱਚ ਦਾਖਲ ਹੋ ਕੇ ਕਮਰੇ ਦੇ ਅੰਦਰ ਦੀਆਂ ਅਲਮਾਰੀਆਂ ਵਿੱਚ ਸੋਨੇ ਦੇ ਗਹਿਣੇ, 1,00,000 ਰੁਪਏ LCD ਬ੍ਰਾਂਡਡ ਘੜੀਆਂ ਸਮੇਤ ਹੋਰ ਵੀ ਕਈ ਕੀਮਤੀ ਸਮਾਨ ਚੋਰੀ ਕੀਤਾ ਹੈ, ਜਿੱਥੇ ਥਾਣਾ ਅਜਨਾਲਾ ਦੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਘਰ ਦੇ ਮਾਲਕ ਸੁਖਚਰਨ ਸਿੰਘ ਪੁੱਤਰ ਜਸਵੰਤ ਸਿੰਘ ਨੇ ਦੱਸਿਆ ਹੈ ਕਿ ਉਹ ਬੀਤੇ ਕੱਲ੍ਹ ਆਪਣੇ ਰਿਸ਼ਤੇਦਾਰਾਂ ਕੋਲ ਗਏ ਸੀ ਤਾਂ ਰਾਤ ਨੂੰ ਚੋਰਾਂ ਵੱਲੋਂ ਉਹਨਾਂ ਦੇ ਘਰ ਨੂੰ ਨਿਸ਼ਾਨਾ ਬਣਾ ਦਿੱਤਾ ਗਿਆ, ਜਿੱਥੇ ਚੋਰਾਂ ਨੇ ਘਰ ਵਿੱਚੋਂ 3 ਕਮਰਿਆਂ ਦੀ ਪੋਲਾ ਫਲਾਈ ਕਰਕੇ ਅਲਮਾਰੀਆਂ ਵਿੱਚੋਂ ਪੈਸੇ, ਗਹਿਣੇ ਅਤੇ ਹੋਰ ਕੀਮਤੀ ਸਮਾਨ ਉਡਾ ਲਿਆ ਹੈ। ਉਹਨਾਂ ਨੇ ਮੰਗ ਕੀਤੀ ਹੈ ਕਿ ਪੁਲਿਸ ਜਲਦੀ ਤੋਂ ਜਲਦੀ ਚੋਰਾਂ ਨੂੰ ਗ੍ਰਿਫਤਾਰ ਕਰੇ। ਉੱਧਰ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਕਿਹਾ ਜਾ ਰਿਹਾ ਹੈ ਕਿ ਦੋਸ਼ੀਆਂ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ। ਬਾਈ ਰਾਤੀ ਅਸੀਂ ਕਿਤੇ ਗਏ ਹਾਂ ਅਤੇ ਰਾਤ ਉੱਥੇ ਰਹਿ ਪਏ ਅਤੇ ਸਵੇਰੇ ਆ ਕੇ ਘਰ ਵੇਖਿਆ ਅਤੇ ਆਹ ਦਰਵਾਜ਼ਾ ਤੋੜ ਕੇ ਅਤੇ 1,00,000 ਕੈਸ਼ ਸੀ ਅਤੇ ਬਾਕੀ ਸਾਰਾ ਗਹਿਣਾ ਸੀ, LCD ਸੀ, ਹੋਰ ਕੱਪੜੇ ਘੜੀਆਂ ਐਨਕਾਂ ਸਾਰਾ ਕੁਝ ਲੈ ਗਏ। ਕੀ ਗਹਿਣਾ ਕਿੰਨੇ ਕੁ ਦਾ ਇਹ ਗਹਿਣਾ? ਭਾਅ ਜੀ ਸਾਰਾ ਹੀ ਘਰ ਜੋ ਲੇਡੀਜ਼ ਦਾ ਹੁੰਦਾ, ਸੈੱਟ, ਚੂੜੀਆਂ, ਮਿੰਨੀ ਸੈੱਟ, ਜੋ ਵੀ ਮਤਲਬ ਹੁੰਦਾ ਸਾਰਾ ਜੀ। ਪੁਲਿਸ ਵੱਲੋਂ ਕੀ ਕਾਰਵਾਈ ਹੋਈ ਹੈ? ਪੁਲਿਸ ਵਾਲੇ ਆਏ ਆ ਲੈਣ ਦਾ ਮਾਹੌਲ ਦਾ ਜਾਇਜ਼ਾ ਫਿਰ। ਹਾਂਜੀ ਇਹਨਾਂ ਦੇ ਦੱਸਣ ਮੁਤਾਬਕ ਸਾਡੇ ਘਰ ਚੋਰੀ ਹੋਈ ਆ, ਮੌਕਾ ਤੇ ਆਇਆ, ਜੋ ਵੀ ਤੱਥ ਸਾਹਮਣੇ ਆਏ ਬੰਦ ਕਰ ਰਹੇ। ਅਜਨਾਲਾ ਤੋਂ ਪੰਕਜ ਮੱਲੀ ਦੀ ਰਿਪੋਰਟ, ਪੰਜਾਬ ਟੂਡੇ।